ਮਿੱਤਰ ਸੈਨਮਿਤ ਦਾ ਨੋਵਲ ਹੈ ਕਾਫਲਾ ਪਹਿਲਾ ਅੰਕ ਸ਼ਾਮ ਦੇ ਸ਼ਾਂਤ ਵਾਤਾਵਰਣ 'ਚ ਕਿਸੇ ਕਮੀ ਦੀ ਹੀਕ ਸਰਦਾਰ ਨੂੰ ਜ਼ਹਿਰ ਵਰਗੀ ਲੱਗ ਰਹੀ ਸੀ ਜੇ ਕਿਦਰੇ ਬੇਵਕੂਫ ਉਹਦੀ ਨਜ਼ਰ ਆ ਜਾਏ ਉਹ ਛਮਕ ਨਾਲ ਉਹਦੀ ਚਮੜੀ ਕਿਹੜਾ ਨਾ ਉਧੇੜ ਸੁਟੇ ਜਦੋਂ ਉਹ ਉਦਾਸ ਹੈ ਸਾਰੇ ਪਿੰਡ ਨੂੰ ਚਾਹੀਦਾ ਹੈ ਉਦਾਸ ਰਹੇ ਉਹ ਪਿੰਡ ਦਾ ਸਰਦਾਰ ਹੈ ਸਰਦਾਰ ਦੀ ਖੁਸ਼ੀ ਪਿੰਡ ਦੀ ਖੁਸ਼ੀ ਸਰਦਾਰ ਦੀ ਗਮੀ ਪਿੰਡ ਦੀ ਗਮੀ ਦੂਰ ਤੱਕ ਚੁੱਪ ਪਸਰੀ ਹੋਈ ਸੀ ਕਿਦਰੇ ਕੋਈ ਨਜ਼ਰ ਵੀ ਨਹੀਂ ਸੀ ਆ ਰਿਹਾ ਜਿਹਨੂੰ ਉਹ ਦਾ ਗळा ਕੁੱਟਣ ਦਾ ਹੁਕਮ ਦੇ ਸਕੇ ਚਾਰੇ ਪਾਸੇ ਦਰਖਤਾਂ ਦੀ ਸਾਹ ਸਾਸੀ ਤੇ ਜਾਂ ਫਿਰ ਪਾਣੀ ਨਾਲ ਭਰੇ ਟੋਆਆਂ 'ਚ ਟਰਾਂ ਟਰਾਂ ਕਰ ਰਹੇ ਡੱਡੂਆਂ ਦੀ ਆਵਾਜ਼ ਕਰਤਾਰੋਂ ਹੱਥੋਂ ਹੋਈ ਬੇਇੱਜ਼ਤੀ ਕਾਰਨ ਸਰਦਾਰ ਬੁਰੀ ਤਰ੍ਹਾਂ ਬੇਚੈਨ ਸੀ ਉਹਨੂੰ ਆਪਣੇ ਉਮਰ ਦੇ 22 ਵਰਿਆਂ 'ਚ ਪਹਿਲੀ ਹਾਰ ਹੋਈ ਸੀ ਫਿਰ ਉਹ ਵੀ ਇੱਕ ਕਮੀ ਦੀ ਔਲਾਦ ਹੱਥੋਂ ਇੱਕ ਸਰਦਾਰ ਲਈ ਮਰਮਟਣ ਵਾਲੀ ਗੱਲ ਸੀ ਉਹ ਕਿੰਨਾ ਕੁ ਜਾ ਕਹੀ ਤੇ ਉਹ ਸਰਦਾਰ ਹੁੰਦਾ ਵੀ ਸਭ ਕੁਝ ਝਰ ਗਿਆ ਜਦੋਂ ਬਾਹ ਫੜ ਲੈਣ ਫਿਰ ਛੱਡਣ ਦਾ ਕੀ ਕੰਮ ਇਹ ਉਹਦੀ ਸਰਦਾਰੀ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਦਿਮਾਗ ਦੀਆਂ ਉਲਝਣਾਵਾਂ ਸ਼ਰਾਬ ਨਾਲ ਹੱਲ ਕਰਨਾ ਲੋਚਦਾ ਸੀ ਪਰ ਦਿਮਾਗ ਸੀ ਕਿ ਸੁੱਟੇ ਜਾ ਰਿਹਾ ਸੀ ਹੱਥੋਂ ਨਿਕਲ ਗਈ ਹੁਣ ਪਿੰਡ ਟੈਂ ਟੈਂ ਕਰੋ ਹੱਥ ਹੱਥ ਫੇਰ ਜਾਂਦਾ ਅੱਖ ਤਾਂ ਨਾ ਚੁੱਕਦੀ ਪਾਲੇ ਰੌਲਾ ਮੇਰਾ ਕੀ ਕਰ ਲੂ ਇਹ ਤਾਂ ਸਾਡਾ ਸ਼ੁਗਲ ਹੈ ਕਿਹੜਾ ਸੂਰਮੈ ਸਾਡੇ ਸਾਹਮਣੇ ਬੋਲ ਜੇ ਬੁੜਬੁੜ ਕਰਦੇ ਸਰਦਾਰ ਨੇ ਬੋਤਲ 'ਚ ਰਹਿਂਦੀ ਆਖਰੀ ਪੈਗ ਵੀ ਗਲਾਸ 'ਚ ਉਲਟਾ ਲੇ ਖਾਲੀ ਬੋਤਲ ਇੱਕ ਦੋ ਵਾਰ ਉਹਦੀ ਹੱਥਾਂ 'ਚ ਨੱਚੀ ਹਵਾ ਚੁੱਛਲੀ ਤੇ ਫਿਰ ਧਰਤੀ ਤੇ ਡਿੱਕੇ ਟੁਕੜੇ ਟੁਕੜੇ ਹੋ ਗਈ। ਬਾਪੂ ਕੋਲ ਨਾ ਪੜ ਜੇ ਕਿਤੇ ਗੱਲ ਬਾਪੂ ਦਾ ਖਿਆਲ ਆਉਂਦੀ ਏ ਸਰਦਾਰ ਦਾ ਚਿਹਰਾ ਪੀਲਾ ਪੈ ਗਿਆ। ਲੈ ਜੇ ਅੱਪੜ ਜੂ ਤਪਈ ਅੱਪੜ ਜੇ ਉਹ ਕਿਹੜਾ ਘਟ ਸੀ ਬਥੇਰੇ ਪਾਪੜ ਵੇਲੇ ਨੇ ਜਵਾਨੀ 'ਚ ਬੰਤਾ ਦੱਸਦਾ ਹੁੰਦਾ ਆਪਣੇ ਦਿਲ ਨੂੰ ਤਸੱਲੀ ਦੇਣ ਦੀ ਉਹ ਨਿਸਫਲ ਕੋਸ਼ਿਸ਼ ਕਰਦਾ ਰਿਹਾ। ਉਹਦੀਆਂ ਅੱਖਾਂ ਬਰਾਬਰ ਪਹੇ ਜੁੜਦੀ ਧੂੜਵਲ ਟਿਕੀਆਂ ਹੋਈਆਂ ਸਨ। ਘੋੜੀ ਆਉਣ ਦੇ ਕਿਦਰੇ ਅਸਾਰ ਨਜ਼ਰ ਨਹੀਂ ਸੀ ਆ ਰਹੇ ਆਲੇ ਦੁਆਲੇ ਮੜੀਆਂ ਵਰਗੀ ਚੁੱਪ ਸੀ ਕੰਜਰ ਦੇ ਪੁੱਤ ਨੂੰ ਉੱਥੇ ਹੀ ਸੱਪ ਸੌਂ ਗਿਆ ਸਰਦਾਰ ਦਾ ਮਨ ਕਾਲਾ ਪਿਆ ਹੋਇਆ ਸੀ ਕਦੋਂ ਘੋੜੀ ਪਹੁੰਚੇ ਕਦੋਂ ਹਵੇਲੀ ਜਾ ਕੇ ਕੋਈ ਕੰਮ ਕਰੇ ਆਖਰ ਉਹਦੀ ਹਿੰਮਤ ਕੀ ਸੀ ਮੇਰੇ ਲੋਹੇ ਵਰਗੇ ਹੱਥਾਂ 'ਚੋਂ ਨਿਕਲ ਜਾਣ ਦੀ ਨਾ ਨੁੱਕਰ ਤਾਂ ਭਲਾ ਹਰ ਕੋਈ ਕਰਦੀ ਹੈ ਔਰਤ ਜਨਜੋਈ ਕਿਹੜੀ ਸੀ ਜਿਨੇ ਨਖਰੇ ਨਹੀਂ ਕੀਤੇ ਸੰਤੋ ਹਰਨਾਮੋ ਜੀਤੋ ਉਦੇ ਖਿਆਲਾਂ ਨੇ ਥੋੜਾ ਜਿਹਾ ਮੋੜ ਕਟਿਆ ਕਈ ਮਾਸੂਮ ਕੁੜੀਆਂ ਕੁੜੀਆਂ ਕਈ ਜਵਾਨ ਤੇ ਅੱਧ ਖੜੂ ਮਰਦੀਆਂ ਔਰਤਾਂ ਦੇ ਸਰੀਰ ਇੱਕ ਇੱਕ ਕਰਕੇ ਉਸ ਅੱਗੇ ਨੰਗੇ ਹੋਣ ਲੱਗੇ ਪਹਿਲੀ ਵਾਰ ਜਦੋਂ ਸਿਰਫ 15 ਮਰਿਆਂ ਦਾ ਸੀ ਨਿਹਾਲੇ ਤਨ ਤਖਾਨ ਦੀ ਨੂੰ ਸੰਤੋ ਦਾ ਨਿਗੋ ਨੂੰ ਪ੍ਰਾਪਤ ਹੋਇਆ ਰੋਟੀ ਦੇਣ ਆਈ ਨੂੰ ਪਿੜ ਚ ਨੱਪ ਲੈਣ ਦੇ ਦ੍ਰਿਸ਼ਾਲੀ ਤਾਂ ਕੋਵੇਂ ਜਿਵੇਂ ਉਹਨੂੰ ਯਾਦ ਸੀ ਸੱਜ ਵਿਆਹੀ ਨੂੰ ਦਾ ਨਖਰਾ ਜੀ ਜੀ ਦੀ ਜ਼ੁਬਾਨ ਤੇ ਸੀ ਉਹਨੂੰ ਹੱਥ ਪਾਉਂਦਾ ਖੁਦ ਵੀ ਕੰਬਿਆ ਸੀ ਪਰ ਉਹਦੀ ਚੁੱਪ ਦੇਖ ਕੇ ਉਹ ਹੈਰਾਨ ਰਹਿ ਗਿਆ ਲੋਕ ਤਾਂ ਮਾੜੀ-ਮੁੱਟੀ ਤੇ ਟੀਚਰ ਦੇ ਮਰਨ ਮਰਾਉਣ ਨੂੰ ਤਿਆਰ ਹੋ ਜਾਂਦੇ ਐ ਪਰ ਇੱਥੇ ਕੁਝ ਵੀ ਨਹੀਂ ਸੀ ਹੋਇਆ ਇਸ ਭੇਦ ਦੀ ਸਮਝ ਉਹਨੂੰ ਹੋਣਾ ਹੀ ਸੀ ਉਹ ਕਿਵੇਂ ਬੋਲਦੀ ਉਹ ਸਰਦਾਰ ਦਾ ਪੁੱਤ ਸੀ ਸਰਦਾਰ ਜਿਹੜੇ ਪਿੰਡ ਦੇ ਮਾਲਕ ਹੁੰਦੇ ਐ ਮਨਾਈਆਂ ਕਰਨਾ ਜਿਨ੍ਹਾਂ ਦਾ ਹੱਕ ਹੁੰਦਾ ਫੇਰ ਹਰਨਾਮੋ ਜੀਤੋ ਹੁਣ ਤਾਂ ਸ਼ਾਇਦ ਸਾਰਿਆਂ ਦੇ ਨਾਂ ਵੀ yaad ਨਾ ਹੋਣ ਹਰਨਾਮੋ ਦੇ ਕੰਮੀ ਦੀ ਧੀ ਤੇ ਭਰਜਵਾਨ ਵਿਆਹ ਚ ਸਾਰੇ 13 ਦਿਨ ਜਦੋਂ ਮੱਕੀ 'ਚੋਂ ਕਾਬੂ ਆਈ ਕੁਆਰਾਪਣ ਕੀ ਹੁੰਦਾ ਉਹਨੂੰ ਪਹਿਲੀ ਵਾਰ ਸਮਝ ਆਈ ਇਸ ਪਿੱਛੋਂ ਕਿਸੇ ਨਵੇਂ ਮਾਸ ਦਾ ਚਾਲ ਉਹਨੂੰ ਸਾਰਾ ਦਿਨ ਚੜਿਆ ਰਹਿਣ ਲੱਗਿਆ ਹਰ ਸਮੇਂ ਅੱਖਾਂ ਕਿਸੇ ਨਵੇਂ ਸ਼ਿਕਾਰ ਦੀ ਭਾਲ 'ਚ ਰਹਿੰਦੀਆਂ ਪਰ ਕਰਤਾਰੂ ਵਰਗੀ ਕਿਸੇ ਨੇ ਨਹੀਂ ਸੀ ਕੀਤੀ ਬਹੁਤਾ ਕਹਿ ਲਏ ਤਾਂ ਸੁੰਦਰ ਦੀ ਮਿੱਤੋਂ ਨੇ ਜ਼ਰੂਰ ਉਹਨੂੰ ਥੋੜਾ ਮੋਟਾ ਤੰਕ ਕੀਤਾ ਸੀ ਪਰ ਕਰਤਾਰੂ ਅੰਗ ਭੱਜ ਨਹੀਂ ਸੀ ਗਈ ਸੁੰਦਰ ਕੋਲੇ ਦੱਸ ਦੂੰ ਸੁੰਦਰ ਕੋਲੇ 10 ਨੂੰ ਆਖਦੀ ਰਹੀ ਫਿਰ ਦੱਸਿਆ ਵੀ ਨਾ ਲੈ ਜੇ 10 ਦਿਨ ਦੀ ਮੇਰਾ ਕੀ ਫੰਨੂ ਪਟਦਾ ਭੁੱਖਾ ਾਪੇ ਮਰਦਾ ਚਾਚਾ ਆਖਦਾ ਤਾਂ ਹੁੰਦਾ ਕਮੀਆਂ ਦੀਆਂ ਰੰਨਾ ਸਾਡੀਆਂ ਰੰਨਾ ਉਹਨਾਂ ਦੀਆਂ ਕੁੜੀਆਂ ਵੀ ਤਾਂ ਸਾਡੀਆਂ ਉਂਗਲਾਂ ਤੇ ਨੱਚੜੀਆਂ ਚਾਹੀਦੀਆਂ ਨੇ ਸਾਥੋਂ ਚੰਗਾ ਉਹਨਾਂ ਨੂੰ ਹੋਰ ਮਿਲ ਵੀ ਕੌਣ ਸਕਦਾ ਪਰ ਇਹ ਅਮਲੀ ਦੀ ਕਰਤਾਰੂ ਵੱਡੀ ਅਣਖੀਲੀ ਅਮਲੀ ਕੋਲੇ ਆਖੂ ਜ਼ਰੂਰ ਲੈ ਅਮਲੀ ਹਾਂ ਹਾਂ ਪੁਰਾਣੀਆਂ ਯਾਦਾਂ ਨੇ ਉਹਦਾ ਗੁੱਸਾ ਨਿਗਲ ਲਿਆ ਅਮਲੀ ਦੀ ਯਾਦ ਤੇ ਉੱਚੀ ਉੱਚੀ ਹੱਸ ਪਿਆ ਅਮਲੀ ਜੀ ਦਾ ਰੋਮ ਰੋਮ ਉਹਦਾ ਕਰਜ਼ਾਈ ਹੈ ਨਾ ਭੈਣ ਨਾ ਭਰਾ ਨਾ ਕੋਈ ਸਾਖ ਸੰਬੰਧੀ ਪਤਾ ਨਹੀਂ ਕਿਧਰੋਂ ਝੋਰੀ ਕੱਢ ਕੇ ਉਹਦੇ ਪਿਓ ਦੀ ਸ਼ਰਨ ਨਾਲ ਲਈ ਪਿਓ ਨੇ ਰਹਿਮ ਕੀਤਾ ਖੇਤਾਂ ਚ ਰੱਖ ਲਿਆ ਰਹਿਮ ਅਮਲੀ ਤੇ ਨਹੀਂ ਉਹਦੀ ਝੋਰੀ ਤੇ ਹੋਇਆ ਸੀ ਇਹ ਗੱਲ ਲੋਕ ਹੀ ਨਹੀਂ ਕਈ ਵਾਰ ਉਹਦਾ ਪਿਓ ਵੀ ਆਖਿਆ ਕਰਦਾ ਸੀ ਬਾਪੂ ਨੂੰ ਉਹਦੀ ਕਰੇਲੇ ਵਰਗੀ ਅੱਖ ਬੜੀ ਚੰਗੀ ਲੱਗਦੀ ਸੀ ਅਮਲੀ ਬਾਪੂ ਦੀ ਮਿਹਰਬਾਨੀ ਤੇ ਪਿੰਡ ਵਸਿਆ ਸੀ ਤੇ ਉਹਦੀ ਦਿੱਤੀ ਖਾਂਦਾ ਸੀ ਫਿਰ ਛਿਉਰੀ ਨੇ ਧੀ ਜੰਮੀ ਅਮਲੀ ਹਫੀਮ ਨੂੰ ਮੂੰਹ ਮਾਰਨ ਲੱਗਿਆ ਸੱਤਾਂ ਸਾਲਾਂ ਚੋਂ ਸੁੱਕ ਕੇ ਕੰਨਾ ਹੋ ਗਿਆ ਗੇਲੀ ਅਰਗਾ ਸਰੀਰ ਖੁਰਕੇ ਢੇਰ ਹੋ ਗਿਆ ਕੁਝ ਦਿਨ ਬਾਪੂ ਦਾ ਸਿਰ ਤੇ ਹੱਥ ਰਿਆ ਬਾਪੂ ਬਿਮਾਰ ਪੈ ਗਿਆ ਉਹ ਕਿਸੇ ਹੋਰ ਨਾਲ ਨਿਕਲ ਗਈ ਛਿਉਰੀ ਦੀ ਕੁੜੀ ਨਾਲ ਬਾਪੂ ਦਾ ਕੋਈ ਮੋਹ ਜ਼ਰੂਰ ਸੀ ਤਾਂ ਹੀ ਉਹਨੇ ਕੁੜੀ ਦਾ ਖਿਆਲ ਆਪਣੇ ਵਾਂਗੂ ਰੱਖਿਆ ਅਮਲੀ ਨੂੰ ਜਿਸ ਖੁੱਲ੍ਹ ਦਿਲੀ ਨਾਲ ਉਹਨੇ ਦਾਣਾ ਪੱਕਾ ਦਿੱਤਾ ਹੈ ਕੌਣ ਦਿੰਦਾ ਹੈ ਉਹਨ ਜਦੋਂ ਕਿਸੇ ਕੰਮ ਆਉਣ ਜੋਗੀ ਹੋਈ ਤਾਂ ਭੱਜ ਨਿਕਲੀ ਜਿਵੇਂ ਕਿਤੇ ਜਿਵੇਂ ਕਿਤੇ ਲਾੜ ਸਾਹਿਬ ਦੀ ਧੀ ਹੋਵੇ ਇਹਦੇ 'ਚ ਕੋਈ ਸ਼ੱਕ ਨਹੀਂ ਅਮਲੀ ਦੀ ਜੰਮੀ ਕਰਤਾਰੋ ਸulfi ਦੀ ਲਾੜ ਨਿਕਲੀ ਸੀ ਖਰਬੂਜੀ ਵਰਗਾ ਰੰਗ ਮੋਟੀ ਅੱਖ ਨਰੀਚਿਓ ਰੀਦੀ ਲੱਗਦੀ ਤੇ ਕਸਿਆ ਤਣਿਆ ਸਰੀਰ ਅਮਲੀ ਦੀ ਜਵਾਨੀ ਵਰਗਾ ਉਹਨੇ ਹਾਲੀ ਹਿਰਨੀ ਦੇ ਬੱਚੇ ਵਾਂਗ ਚੌਂਕੜੀਆਂ ਭਰਨੀਆਂ ਸਿੱਖੀਆਂ ਸੀ ਕਿ ਪਿੰਡ ਦੇ ਗੱਬਰੂਆਂ ਦੀਆਂ ਅੱਖਾਂ ਉਹਤੇ ਆਟਕੀਆਂ ਪਹਿਲਾ ਮਾਰ-ਮਾਰਨ ਦਾ ਉਹਨਾਂ ਚ ਛਿੜਿਆ ਮੁਕਾਬਲਾ ਦਿਨੋਂ-ਦਿਨ ਜ਼ੋਰ ਫੜਦਾ ਗਿਆ। ਉਹ ਜਿਹੜੀ ਗਲੀ ਲੰਘਦੀ ਬੁੜੀਆਂ ਅੱਖ ਨਾ ਚਮਕਦੀਆਂ। ਖੇਤਾਂ 'ਚ ਬੱਲੇ-ਬੱਲੇ ਦੀਆਂ ਆਵਾਜ਼ਾਂ ਗੂੰਜਦੀਆਂ। ਮਾੜੇ ਦੀ ਜੋਰੂ ਸਭ ਦੀ ਪਰਜਾਈ ਵਾਂਗ ਕਿਸੇ ਨੂੰ ਉਤੋਂ ਡਰ ਵੀ ਤਾਂ ਨਹੀਂ ਸੀ। ਲੋਕਾਂ ਦੀਆਂ ਟਕੋਰਾ ਨੇ ਕਰਤਾਰ ਨੂੰ ਉਮਰੋਂ ਪਹਿਲਾਂ ਹੀ ਜਵਾਨ ਕਰਤਾ। ਉਹਦੀਆਂ ਅੱਖਾਂ 'ਚ ਸ਼ਰਮ ਪਰ ਗਈ ਤੇ ਅੰਗ 'ਚ ਅਜੀਬ ਜੈਤਨਾ ਆ ਗਏ। ਹਰ ਕਦਮ ਸੰਭਲ ਕੇ ਚੁੱਕਣ ਦੀ ਉਹਨੂੰ ਆਦਤ ਪੈ ਗਈ। ਉਮਰ ਦੇ 15ਵੇਂ ਸਾਲ ਚ ਉਹ ਭਰ ਜਵਾਨ ਮੁਟਿਆਰ ਸੀ ਜਿੱਧਰ ਕਰਤਾਰੂ ਦੀ ਨਿਗਾ ਉੱਠਦੀ ਤਰਲੇ ਭਰੀਆਂ ਅੱਖਾਂ ਉਹ ਤੇ ਟਿਕੀਆਂ ਹੁੰਦੀਆਂ ਜਿਸ ਪਾਸੇ ਕੰਨ ਕਰਦੀ ਉਹਦੇ ਹੁਸਨ ਦੀਆਂ ਗੱਲਾਂ ਹੁੰਦੀਆਂ ਕਈ ਵਾਰ ਉਹ ਡੋਲਦੀ ਪਰ ਝੱਟ ਹੀ ਸੰਭਲ ਜਾਂਦੀ ਕੰਮ ਨਾਲ ਫौलाਦ ਬਣਿਆ ਸਰੀਰ ਕੱਸਿਆ ਜਾਂਦਾ ਅੱਖਾਂ ਚੋਂ ਅੱਗ ਵਰਸਦੀ ਕਿਸੇ ਦੀ ਉਸ ਅੱਗੇ ਖਲੋਣ ਦੀ ਹਿੰਮਤ ਨਾ ਪੈਂਦੀ ਉਹਦੀਆਂ ਗੱਲਾਂ ਕਮੀਆਂ ਦੀਆਂ ਜ਼ੁਬਾਨਾਂ ਤੋਂ ਤਿਲ ਕੇ ਸਰਦਾਰਾਂ ਦੇ ਕੰਨਾਂ ਤੱਕ ਪੜ ਗਈਆਂ ਉਹਦਾ ਕੰਨ ਪਹਿਲਾਂ ਫੇਰ ਪਹਿਲਾਂ ਫੇਰ ਆਪਾਂ ਪੜ੍ਹਾਂਗੇ ਸਰਦਾਰ ਨੇ ਇਹ ਕਫਲਾ ਕੇ ਆਖਿਆ ਸੀ ਤੇ ਉਸੇ ਦਿਨ ਤੋਂ ਉਹ ਨਾ ਘੜੀਆਂ ਦੀ ਉਡੀਕ ਕਰ ਰਿਹਾ ਸੀ ਜਦੋਂ ਕਰਤਾਰੋ ਦੀ ਅੱਖਾਂ ਨਿਵਾ ਸਕੇ ਇਸ ਫੈਸਲੇ ਨੂੰ ਬਹੁਤੇ ਦਿਨ ਨਹੀਂ ਸੀ ਹੋਏ ਕਿ ਉਹਨੂੰ ਅਸਫਲਤਾ ਦੇਖਣੀ ਪਈ ਅਸਫਲਤਾ ਜਿਹਦੇ ਅਰਥ ਸਰਦਾਰ ਨੂੰ ਪਹਿਲੀ ਵਾਰ ਸਮਝ ਪਏ ਸ਼ਰਮ ਘਰ ਕੜਮਿਆਂ ਤੇਰੀਆਂ ਪੈਣਾ ਰਗੀਆਂ ਕਰਤਾਰੋ ਦੇ ਰੋਹ ਭਰੇ ਸ਼ਬਦ ਹੁਣ ਵੀ ਉਹਨੂੰ ਜ਼ਹਿਰੀਲੇ ਤੀਰਾਂ ਵਾਂਗ ਬਿੰਨ ਰਹੇ ਸੀ ਕੁੱਤ ਗਿਆ ਜਾਂਦੀਏ ਤੂੰ ਭੈਣ ਸੋਢੀ ਜਾਤ ਸਾਡੇ ਸ਼ੁਗਰ ਲਈ ਬਣੀ ਐ ਤੈਨੂੰ ਸਾਡੇ ਟੁਕਰਾਂ ਤੇ ਪੜ ਕੇ ਇੰਨਾ ਘਮੰਡ ਨਹੀਂ ਹੋਣਾ ਚਾਹੀਦਾ ਕਿੰਨੇ ਕ ਦਿਨ ਉਹ ਕਰਤਾਰੂ ਅੱਗੇ ਐਵੇਂ ਬੁੜਬੜਾਇਆ ਸੀ ਜਿਵੇਂ ਉਹਦਾ ਨੌਕਰ ਹੋਵੇ ਆਪਣੀ ਇਸ ਗਿੜਗੜਾਹਟ ਤੇ ਹੁਣ ਉਹਨੂੰ ਸ਼ਰਮ ਆ ਰਹੀ ਸੀ ਜੇ ਕਿਤੇ ਕੋਈ ਸੁਣ ਲੈਂਦਾ ਜੇ ਉਹ ਪਿੰਡ ਜਾ ਕੇ ਬੱਕ ਪਈ ਇਹਦਾ ਇੰਤਜ਼ਾਮ ਤਾਂ ਹੋਣਾ ਚਾਹੀਦਾ ਤੇ ਉਹ ਵੀ ਜਲਦੀ ਪਰ ਕਿਹੜਾ ਜਾਲ ਸੁਟੇ ਉਹਨੂੰ ਸਮਝ ਨਹੀਂ ਸਿਆਰੀ ਅੰਗ ਦੂਸਰਾ ਘੋੜੀ ਦੀ टाਪ ਨਾਲ ਸਰਦਾਰ ਚੁਕੰਨਾ ਹੋ ਗਿਆ ਆਪਣੀ ਉਦਾਸੀ ਨੂੰ ਛਪਾਉਣ ਲਈ ਮਿਨਾ ਮਿਨਾ ਮੁਸਕਰਾਉਣ ਲੱਗਿਆ ਕਿਦਰ ਗਰਕ ਗਿਆ ਸੈਂ ਕੰਜਰ ਦੇ ਆ ਸੂਰਜ ਕਿਤੇ ਅੱਪੜ ਗਿਆ ਸਰਦਾਰ ਨੇ ਆਪਣਾ ਨਜ਼ਲਾ ਬੰਤੇ ਤੇ ਝਾੜਿਆ ਜਿਹੜਾ ਸਰਦਾਰ ਨੂੰ ਦੇਖ ਕੇ ਦੂਰੋਂ ਘੋੜੀ ਤੋਂ ਉਤਰ ਕੇ ਪੈਦਲ ਤੁਰਨ ਲੱਗ ਪਿਆ ਸੀ ਸਰਦਾਰ ਦੀ ਝਿੜਕ ਦਾ ਬੰਦੇ ਤੇ ਕੋਈ ਅਸਰ ਨਹੀਂ ਸੀ ਹੋਇਆ ਇਹੋ ਜਿਹੀਆਂ ਗਾਲਾਂ ਦੁਪੜਾਂ ਤਾਂ ਉਹਦਾ ਨਿੱਤ ਦਾ ਕੰਮ ਸੀ ਬਾਦਸ਼ਾਹ ਮੈਂ ਜਾਣ ਬੁੱਝ ਕੇ ਹੀ اٹ ਗਿਆ ਸੀ ਸੋਡੀਆਂ ਤੁਸੀਂ ਜਾਣ ਆਪਾਂ ਬੋਲੂ ਕੀ ਲੈਣਾ ਸੀ ਸੋਡੀਆਂ ਰੰਗ ਰਲੀਆਂ 'ਚ ਟੰਗ ੜਾ ਕੇ ਪਰ ਤੂੰ ਤਾਂ ਸਰਦਾਰ ਝੱਟ ਲਾਇਆ ਆਪਣੇ ਸੁਭਾਅ ਅਨਸਾਰ ਬੰਤੇ ਨੇ ਦੂਰ ਹੀ ਸਰਦਾਰ ਦੀਆਂ ਤਰੀਫਾਂ ਦੇ ਪੋਲ ਪੜਨੀ ਸ਼ੁਰੂ ਕਰ ਦਿੱਤੇ। ਉਹਦੀਆਂ ਅੱਖਾਂ 'ਚ ਚਮਕ ਸੀ ਜਿਹੜੀ ਕਰਤਾਰੋ ਨਾਲ ਹੋ ਰਏ ਜ਼ਬਰਜਨਾਹ ਦੇ ਦ੍ਰਿਸ਼ ਦੇਖ ਰਹੀ ਸੀ। ਇਸ ਖਿੱਚੋ-ਤਾਂਚ 'ਚ ਬੰਤ ਨੂੰ ਸਵਾਦ ਆ ਰਿਹਾ ਸੀ। ਉਹ ਤਾਂ ਨਿਕਲ ਗਈ ਤੇਰੀ ਤਾਈ ਹੂੰ ਮੈਂ ਵੀ ਆਖਿਆ ਇਓ ਫੜਾਕ-ਫੜਾਕ ਬਾਹਾਂ ਕਿਵੇਂ ਮਾਰਦੀ ਐ। ਤੂੰ ਦਫਾ ਹੋ ਤੇ ਕੰਮ ਕਰ। ਮੇਰੇ 'ਚ ਦਮ ਐ ਉਹ ਉਸ ਨਾਲ ਨਿਬੜਨ ਜੀ ਹੁਕਮ ਹੋਵੇ ਮੈਂ ਲਿਆ ਸੁੱਟਾਂ ਪੈਰਾਂ ਚ ਕੌਮੜੀ ਜਾਤ ਆ ਸਾਡੀ ਬਾਦਸ਼ਾਹ ਪਰ ਉਹ ਤੇ ਸਰਦਾਰ ਦੀ ਆਵਾਜ਼ ਨਰਮ ਹੋ ਰਹੀ ਸੀ ਆਹੋ ਜੀ ਬਲਦੇਵ ਸਹਰਾ ਉਹ ਦਲਿਤ ਉਹਦੀ ਜੁੱਤੀ ਐਵੇਂ ਚੱਟਦੀ ਫਿਰਦੀ ਐ ਕਿੱਥੇ ਤੁਸੀਂ ਪਿੰਡ ਦੇ ਸਰਦਾਰ ਕਿੱਥੇ ਉਹ ਦਲਿਤ ਕੰਮੀ ਐਵੇਂ ਤਾਂ ਨਹੀਂ ਜੀ ਆਖਦੇ ਤੀਵੀਂ ਦੀ ਗੁੱਤ ਪਿੱਛੇ ਮਤ ਹੁੰਦੀ ਐ ਫਿਰ ਸਾਡੀ ਜਾਤ ਭੁੱਖੀ ਵੀ ਤਾਂ ਤਾਹੀ ਮਰਦੀ ਐ ਸਰਦਾਰ ਉਸੇ ਤਰ੍ਹਾਂ ਡੋਲ ਖੜਾ ਰਿਹਾ ਇੱਕ ਵਾਰ ਉਹਨੇ ਪਹੁੰਚਿਆ ਨੂੰ ਛੰਡਿਆ ਤੇ ਛਮਕ ਨੂੰ ਹਵਾ ਚ ਉਛਾਲਿਆ ਤੇਜੇ ਦੀ ਚੁੱਪ ਸੰਤ ਨੂੰ ਵੱਡ-ਵੱਡ ਖਾਣ ਲੱਗੀ ਉਹ ਸੋਚ ਰਿਹਾ ਸੀ ਖਬਰੇ ਸਰਦਾਰ ਉਹਨੂੰ ਕਰਤਾਰੋਂ ਨੂੰ ਖਿੱਚ ਲਿਆਉਣ ਦੀ ਇਜਾਜ਼ਤ ਦੇ ਦੇਵੇ ਪਿਛਲੀ ਵਾਰ ਜਦੋਂ ਨਿਮਾ ਨੂੰ ਘੜਿਸ ਕੇ ਲਿਆਇਆ ਸੀ ਇੱਕ ਦੋ ਵਾਰ ਨਿਮੋਂ ਦਾ ਸਰੀਰ ਉਸ ਨਾਲ ਖਿਆ ਸੀ ਤਾਂ ਉਹ ਸੁਆਦ ਸੁਆਦ ਹੋ ਗਿਆ ਸੀ ਉਹਦੀ ਕੱッセ ਸਰੀਰ ਨੂੰ ਹਿੱਕ ਨਾਲ ਲਾ ਕੇ ਘੁੱਟਣ ਦਾ ਜੀਵ ਨਸ਼ਾ ਸੀ ਫਿਰ ਕਰਤਾਰੋਂ ਤਾਂ ਕਈ ਗੁਣਾ ਕੋਲੀ ਸੀ ਇਹੋ ਜੇ ਕਿਸੇ ਹੋਰ ਸਵਾਦਲੇ ਮੌਕੇ ਲਈ ਉਹ ਤੜਪ ਰਿਹਾ ਸੀ ਪਰ ਸਰਦਾਰ ਨੇ ਕੋਈ ਜਵਾਬ ਨਾ ਦਿੱਤਾ ਬੰਤਾ ਟਿਕਟਿਕੇ ਹੀ ਲਾਗੇ ਸਰਦਾਰ ਵੱਲ ਵੇਖਦਾ ਰਿਹਾ ਜਿਹੜਾ ਹੁਣ ਉਦਾਸ ਸੀ ਤੇ ਬਿਨਾ ਮਤਲਬ ਦੀ ਦਰਖਤ ਦੀਆਂ ਜੜ੍ਹਾਂ 'ਚ ਦੇਖੀ ਜਾ ਰਿਹਾ ਸੀ ਕਾਫੀ ਦੇਰ ਬੰਤਾ ਚੁੱਪ ਖੜਾ ਰਿਹਾ ਸਰਦਾਰ ਨੂੰ ਦੁਬਾਰਾ ਬੁਲਾਉਣ ਦੀ ਉਹਦੀ ਹਿੰਮਤ ਨਹੀਂ ਸੀ ਕਿਹੜਾ ਬਲਦੇਵ ਏ ਸਰਦਾਰ ਦੀ ਆਵਾਜ਼ ਰੌਣ ਵਾਲੇ ਆਰ ਗਈ ਸੀ ਬੰਤੇ ਦੇ ਚਿਹਰੇ ਦੀ ਰੰਗਤ ਇੱਕਦਮ ਬਦਲ ਗਈ ਉਹਦਾ ਤੇਲ ਲੱਗਿਆ ਮੂੰਹ ਜਿਹੜਾ ਸੂਰਜ ਦੀ ਆਖਰੀ ਕਿਰਨਾਂ ਚ ਲਿਸ਼ਕਾ ਮਾਰ ਰਿਹਾ ਸੀ ਹੋਰ ਵੀ ਸੋਹਣਾ ਲੱਗਣ ਲੱਗਿਆ ਲੋ ਤੁਸੀਂ ਨਹੀਂ ਜਾਣਦੇ ਉਹ ਚੌਧਰੀ ਦੇ ਆ ਜਿਹੜਾ ਸਿੱਤੋ ਦਾ ਪੱਕੀ ਗੱਲ ਹੈ ਕਰਤਾਰੂ ਦੀ ਬਲਦੇਵ ਨਾਲ ਜੁੜੀ ਗੱਲ ਸਰਦਾਰ ਨੂੰ ਚੰਗੀ ਨਾ ਲੱਗੀ ਲੋ ਮੈਂ ਕੋਈ ਝੂਠ ਮਾਰਦਾ ਆਪ ਦੇਖੀਏ ਮੈਂ ਉਹਦੇ ਨਾਲ ਮਟਕ ਮਟਕ ਗੱਲਾਂ ਮਾਰਦੀ ਇੱਕ ਵਾਰ ਤਾਂ ਉਰਲੇ ਬੰਨੇ ਉਹਦੇ ਪੱਟਾਂ ਤੇ ਸਿਰ ਧਰੀ ਪਈ ਹੋਰ ਦੱਸਾਂ ਬੰਤਾ ਆਪਣੇ ਦਿਲ ਦੀ ਭੜਾਸ ਕੱਢਣ ਲੱਗਿਆ ਕਿੰਨੇ ਦਿਨਾਂ ਤੋਂ ਇਸ ਮੌਕੇ ਲਈ ਤਕਾ ਰਿਆ ਸੀ ਇਹ ਬੋਝ ਉਹਦੇ ਮਨ ਨੂੰ ਲੈ ਰਿਹਾ ਸੀ ਤੈਨੂੰ ਭੌਂਕਣ ਦੀ ਜ਼ਿਆਦਾ ਯਾਦਤ ਪੈ ਗਈ ਕਿਤੇ ਖੱਲੜੀ ਨਾਲ ਲੁਆ ਬਈ ਮੈਂ ਤਾਂ ਜੀ ਮੈਂ ਸੋਡੀ ਮਰਜੀ ਆ ਜੀ ਉਹ ਇੱਕ ਚੀਜ਼ ਐ ਚੀਜ਼ یوں ਛੱਡਣ ਵਾਲੀ ਨਹੀਂ ਜਾਂ ਤੂੰ ਦਫਾ ਹੋ ਕਾਠੀ ਪਾ ਤੇ ਘੋੜੀ ਸ਼ਿੰਗਾਰ ਬੰਤੇ ਨਹੀਂ ਸਿਰ ਝੁਕਾ ਲਿਆ ਇੱਕ ਇੱਕ ਕਦਮ ਗਿਣਦਾ ਕੋਠੇ ਵੱਲੋਂ ਤੁਰ ਪਿਆ ਬਲਦੇਵ ਦਾ ਨਾਮ ਸੁਣਦਿਆਂ ਹੀ ਸਰਦਾਰ ਦੀ ਸੱਤੀ ਕੱਪੜੀ ਅੱਗ ਲੱਗੀ ਕਰਤਾਰੂ ਨੂੰ ਧੂਲਿਆਣਾ ਉਸ ਲਈ ਕੋਈ ਔਖਾ ਨਹੀਂ ਸੀ ਪਰ ਉਹ ਤਾਂ ਉਸਦਾ ਲਈ ਮੰਨਣਾ ਚਾਹੁੰਦਾ ਸੀ ਪਰ ਕਰਤਾਰੂ ਸੀ ਕਿ ਸਮਝ ਹੀ ਨਹੀਂ ਸੀ ਰਹੀ ਬਹੁਤ ਉਹ ਤਾਂ ਸੋਚਿਆ ਨਾ ਕਿ ਆਈ ਖੋਰ ਗੰਦੀ ਗਾਲੋਂ ਨੇ ਬੰਤੇ ਨੂੰ ਕੱਢੀ ਉਹਨੂੰ ਵੀ ਬੰਤੋ ਤੇ ਜੀਤੋ ਵਾਂਗੂ ਕਾਬੂ ਕਰਨਾ ਚਾਹੀਦਾ ਅਖਦੇ ਇਸ਼ਾਰੇ ਹਵੇਲੀ ਟਿੱਕੇ ਬਾਅਦ ਨਾਲ ਉਸ ਲਈ ਮੁਸ਼ਕਲ ਹੋ ਗਿਆ ਉਠਿਆ ਤੇ ਇਸ ਨਵੀਂ ਆਈ ਸਮੱਸਿਆ ਨੂੰ ਸੁਲਝਾਣ ਲਈ ਖਾਲੋ-ਖਾਲ ਤੁਰ ਪਿਆ ਉਹਦਾ ਸ਼ਿਕਾਰ ਕਰਤਾਰੋ ਕਰਤਾਰੋ ਅਮਲੀ ਦੀ ਧੀ ਅਮਲੀ ਜਿਹੜਾ ਉਹਦਾ ਕਰਜ਼ਾਈ ਬਲਦੇਵ ਚੌਧਰੀ ਦਾ ਇਸ਼ਕ ਚੌਧਰੀ ਜਿਸ ਨਾਲ ਪੀੜ੍ਹੀਆਂ ਦੀ ਦੁਸ਼ਮਣੀ ਬਲਦੇਵ ਤੇ ਕਰਤਾਰੂ ਦਾ ਇਸ਼ਕ ਕੰਮੀ ਦੀ ਘਰ ਵਾਲੀ ਆਪਣੀ ਘਰ ਵਾਲੀ ਇਹਦਾ ਮਤਲਬ ਪਹਿਲਾਂ ਬਲਦੇਵ ਆਪਣੇ ਖੇਤ ਆਵੇ ਅਮਲੀ ਦਾ ਕੰਡਾ ਕੱਢ ਕੇ ਬਲਦੇਵ ਨਾਲ ਵਿਆਹ ਤੇ ਬਸ ਠੀਕ ਹੈ ਉਹਦੇ ਜ਼ੈਨ ਚ ਵੱਖ-ਵੱਖ ਖਿਆਲ ਦੌੜਨ ਲੱਗੇ ਕਰਤਾਰੂ ਬਲਦੇਵ ਦੀ ਰਨ ਹੋਈ ਤਾਂ ਸਮਝੋ ਆਪਣੀ ਰਨ ਹੋਈ ਇਹਨਾਂ ਕਮੀਆਂ ਕੀ ਬੋਲਣਾ ਫਿਰ ਉਹਦੀਆਂ ਅੱਖਾਂ ਅੱਗੇ ਛੱਜੂ ਚਮਾਰਦਾ ਚਿਹਰਾ ਆ जिने अपनी पत्नी जीतू ਨੂੰ ਦੇਖ ਲਿਆ ਸੀ ਫਿਰ ਵੀ ਨਾ ਗੋਲਿਆ ਅਗਲੇ ਦਿਨ ਜਦੋਂ ਉਹਨੇ ਜੀਤੂ ਨੂੰ ਪੁੱਛਿਆ ਉਹ ਮੁਸਕਰਾਈ ਸੀ ਉਹਨੇ ਕੀ ਆਖਣਾ ਸਾਰਾ ਦਿਨ ਪੱਥਰ ਬਣਿਆ ਬਿਟ ਬਿਟ ਦੇਖਦਾ ਰਿਹਾ ਨਾ ਕੁਛ ਬੋਲਿਆ ਨਾ ਖਾਦਾ ਹੂੰ ਝਾਂਜਿਆ ਉਸ ਦਿਨ ਉਹਦਾ ਸੇਰ ਖੋਨ ਖੋਨ ਵਧਿਆ ਫਿਰ ਸੀਲੋ ਨੂੰ ਉਹਦੇ ਭਰਾ ਨੇ ਦੇਖ ਲਿਆ ਸੀ ਬੁੜ ਬੁੜ ਜ਼ਰੂਰ ਹੋਈ ਸੀ ਪਰ ਇਸ ਨਾਲ ਕੀ ਹੁੰਦਾ ਆਖਰੇ ਬੋਲ ਵੀ ਕੀ ਸਕਦੇ ਨੇ ਭੁੰਨ ਨਾ ਦਈਏ ਅਗਾ ਕਿਹੜੇ ਖੋਜ ਡਿੱਗਣਗੇ ਮੋਤੋ ਭੱਜ ਲੈਣ ਤਾਂ ਚੌਧਰੀਆਂ ਦੇ ਖੇਤ ਤੱਕ ਉੱਥੇ ਬਥੇਰੀ ਛੇਲ ਲੈਂਦੀ ਐ ਜਾਤ ਦਾ ਉਹ ਬਾਣੀਆ ਜਿਹੜਾ ਮੱਖੀ ਵੀ ਨਿਚੋੜ ਲੈਂਦਾ ਤੇ ਫੇਰ ਛੱਜੂ ਦੀ ਗੱਲ ਵੀ ਤਾਂ ਠੀਕ ਐ ਕੀ ਘਸਦਾਰ ਨਾਲੇ ਬਲਦੇਵ ਨੂੰ ਲਿਆ ਪਹਿਲਾਂ ਖੇਤ ਬਾਕੀ ਫੇਰ ਦੇਖੀ ਜਾਓ ਪਰ ਇਹ ਚੌਧਰੀ ਨਾਲ ਸਿਰਦਰਦੀ ਐ ਉਹ ਦੇਖੀ ਜਾਓ ਇਹ ਇੱਕ ਟੱਕਰ ਹੋਰ ਸੀ ਅੱਗੇ ਕਿਹੜਾ ਕੁਝ ਹੋਇਆ ਨਹੀਂ ਆਹ ਦਲੇ ਤੋਂ ਬੇਇੱਜ਼ਤੀ ਤਾਂ ਨਹੀਂ ਕਰਾ ਲੈਣੀ ਕਿਸੇ ਨੂੰ ਕੱਲ ਨੂੰ ਕਿਸੇ ਹੋਰ ਦਾ ਹੀ ਆਪੋ ਤੇ ਦਲੇ ਦੇ ਗੱਲ ਕਿਹੜੀ ਪੱchnੀ ਐ ਥਾਂ ਥਾਂ ਉਲਟਦੀ ਫਿਰੂ ਘੋੜੀ ਤੇ ਕੋਠੀ ਪਾ ਕੇ ਬੰਤਾ ਉੱਥੇ ਹੀ ਲੈ ਆਇਆ ਦੂਰ ਦੂਰ ਤੱਕ ਹਨੇਰਾ ਫੈਲ ਗਿਆ ਸੀ ਡੱਡੂਆਂ ਦੀ ਟਰਾਂ ਟਰਾਂ ਉੱਚੀ ਹੋ ਗਈ ਸੀ ਕੋਈ ਠੰਡਾ ਹਵਾ ਦਾ ਬੁੱਲਾ ਵੀ ਵਗਣ ਲੱਗਿਆ ਤੁਸੀਂ ਉਦਾਸ ਕੇ ਹੋਏ ਫਿਰਦੇ ਹੋ ਜਿੰਨਾ ਚਿਰ ਬੰਦਾ ਸੋਡੀ ਸੇਵਾ ਚ ਹਾਜ਼ਰ ਐ ਉਹਦੀ ਕੀ ਮਜ਼ਾਲ ਐ ਬੰਤੇ ਨੂੰ ਸਮਝ ਨਹੀਂ ਸੀ ਆਰੀ ਉਹ ਖੁਸ਼ ਹੋਵੇ ਜਾਂ ਉਦਾਸ ਅੱਜ ਉਹਨੇ ਆਪਣੀ ਚਾਲ ਚੱਲ ਦਿੱਤੀ ਸੀ ਇਸ ਲਈ ਉਹਨੂੰ ਖੁਸ਼ ਹੋਣਾ ਚਾਹੀਦਾ ਸੀ ਜੇ ਉਹਨੂੰ ਕਰਤਾਰੂ ਨੂੰ ਖਿੱਚ ਲਿਆਉਣ ਦਾ ਹੁਕਮ ਨਹੀਂ ਮਿਲਿਆ ਇਸ ਨਿਰਾਸ਼ ਹੋਣ ਵਾਲੀ ਕਿਹੜੀ ਗੱਲ ਸੀ ਇਸ ਤਰ੍ਹਾਂ ਤਾਂ ਹੋ ਸਕਦਾ ਹੈ ਕਰਤਾਰੂ ਨਿਰਾਸ਼ ਹੋ ਜਾਏ ਤੇ ਜੇ ਕਰਤਾਰੂ ਵੀ ਉਸ ਹੱਥੋਂ ਨਿਕਲ ਗਈ ਮੋੜ ਉਮਰ ਭਾਰ ਉਹ ਛੜਾਈ ਰਹਿ ਜਾਏਗਾ 40 ਨੂੰ ਤਾਂ ਅੱਗੇ ਟੱਪ ਚੱਲਿਆ ਸੀ ਤੇ ਕਰਤਾਰੂ ਤੇ ਉਹਦੀ ਕਦੋਂ ਦੀ ਅੱਖ ਸੀ ਕਰਤਾਰੂ ਦੇ ਪਿਓ ਦਾ ਤਾਂ ਉਹਨੂੰ ਭੋਰਾ ਡਰਨੇ ਸੀ ਪਰ ਕਰਤਾਰੂ ਦੀ ਹਾਂ ਕਦੇ ਵੀ ਉਹਨੂੰ ਨਸੀਬ ਨਹੀਂ ਸੀ ਹੋਈ ਫਿਰ ਹੁਣ ਵਿਚ ਬਲਦੇਵ ਆ ਗਿਆ। ਉਹਦੀ ਬਣਦੀ ਰੋਟੀ ਫੇਰ ਮਾਰੀ ਗਈ। ਉਹ ਸੋਚਦਾ ਜੇ ਕਿਤੇ ਸਰਦਾਰ ਬਲਦੇਵ ਦਾ ਕੰਡਾ ਕੱਢ ਦਵੇ ਤੇ ਇੱਕ ਵਾਰ ਉਹਦੇ ਸਾਹਮਣੇ ਕਰਤਾਰੂ ਨੂੰ ਨੱਪ ਲਵੇ ਤਾਂ ਖਬਰੇ ਉਹਦਾ ਕੰਮ ਬਾਣੀ ਜਾਏ। ਹੁਣ ਆਪਣੀ ਜਾਣੇ ਉਹਨੇ ਆਪਣੀ ਗੱਲ ਉਗਲ ਦਿੱਤੀ। ਸਰਦਾਰ ਘੋੜੀ ਲੈ ਕੇ ਪਿੰਡ ਨੂੰ ਤੁਰ ਪਿਆ ਬੰਤਾ ਉੱਥੇ ਹੀ ਬੈਠ ਗਿਆ। ਬੰਤੇ ਨੇ ਆਪਣੇ ਮਨ ਨਾਲ ਸਮਝੌਤਾ ਕਰ ਲਿਆ। ਉਹਨੂੰ ਖੁਸ਼ ਹੀ ਹੋਣਾ ਚਾਹੀਦਾ ਹੈ। ਸਰਦਾਰ ਪਿੱਛੋਂ ਕਰਤਾਰੂ ਕਿਸੇ ਹਾਲਤ ਵੀ ਉਹ ਤੋਂ ਭੱਜ ਨਹੀਂ ਸਕਦੇ। ਉਦੇ ਉਦਾਸ ਹੋਠਾਂ ਤੇ ਮੁਸਕਰਾਹਟ ਛਾ ਗਈ ਕੀ ਘੜਦਾ ਧੀਮੀ ਦਾ ਲੋਕ ਮੁੱਲ ਕਿਹੜਾ ਲੈ ਕੇ ਨਹੀਂ ਆਉਂਦੇ ਜੇ ਸਰਦਾਰ ਪਿੱਛੋਂ ਹੀ ਕੰਮ ਬਣ ਜਾਏ ਘਰੇ ਟੁਕ ਪਕਣ ਲੱਗੇ ਤੇ ਸੋਚਦਾ ਸੀ ਠੀਆਂ ਮਾਰਦਾ ਉੱਠਿਆ ਤੇ ਕੋਠਿਆਂ ਵੱਲ ਤੁਰ ਪਿਆ ਉਹਨੂੰ ਯਕੀਨ ਹੋ ਗਿਆ ਵੀ ਹੁਣ ਬਹੁਤੇ ਦਿਨ ਉਹਨੂੰ ਹੱਥ ਨਹੀਂ ਫੂਕਣੇ ਪੈਣੇ ਅੰਗ ਤੀਸਰਾ ਬੇਚੈਨ ਬਲਦੇਵ ਨੇ ਪਾਸਾ ਪਰਤਿਆ ਬਾਹਰ ਚ ਖੜ ਖੜ ਝੁਲ ਰਿਹਾ ਸੀ ਤੇਜ਼ ਬੁੱਲਿਆਂ ਨਾਲ ਖਿੜਕੀਆਂ ਟੁੱਟ ਰਹੀਆਂ ਸੀ ਦਰਵਾਜ਼ੇ ਦੀਆਂ ਵਿਰਲਾਂ ਵਿੱਚੋਂ ਬਾਕੀ ਰਹਿੰਦੀ ਰਾਤ ਦਾ ਜਾਇਜ਼ਾ ਲੈਣਾ ਚਾਹੁੰਦਾ ਸੀ ਕੱਲ ਸਾਰੀ ਰਾਤ ਉਹ ਨੀਂਦਰਾ ਰਹਿਣ ਕਰਕੇ ਤੇ ਦਿਨੇ ਸਿਆੜ ਕੱਢਣ ਕਰਕੇ ਹੁਣ ਬਲਦੇਵ ਦਾ ਅੰਗ ਦਰਦ ਕਰ ਰਿਹਾ ਸੀ ਇਹੋ ਜੇ ਘਟਿਆ ਮੌਸਮ ਚੋਂ ਕੇਸਲ ਵੱਟੀ ਸੌਣ ਦਾ ਯਤਨ ਕਰ ਰਿਹਾ ਸੀ ਪਰ ਕਣੀਆਂ ਸਨ ਕੇ ਰੁਕਣ ਦਾ ਨਾਂ ਹੀ ਨਹੀਂ ਸੀ ਲੈ ਰਹੀਆਂ ਗਾਲਾਂ ਦੁਪੜਾਂ ਕੱਢਦਾ ਉੱਠਿਆ ਮੰਜੀ ਨੂੰ ਘੜੀਸਦਾ ਵਰਾਂਡੇ ਤੱਕ ਲੈ ਆਇਆ ਉਦੀ ਟੁਇਟ ਜ਼ੋਰਾਂ ਦਾ ਦਰਦ ਸੀ ਸਰਾਣੇ ਪਿਆ ਦੋ ਕੋ ਹੱਥ ਦਾ ਦੁਪੱਟਾ ਉਹਨੇ ਲੱਕ ਦਵਾਲੇ ਬੰਨ ਲਿਆ ਤੇ ਸੌਣ ਦਾ ਯਤਨ ਕੀਤਾ ਪਰ ਤੇਜ਼ ਹੋਈ ਬਾਛੜ ਕਰਕੇ ਉੱਥੇ ਵੀ ਚੈਨ ਨਾ ਆਇਆ ਅਖੀਰ ਚੜਦਾ ਖਿਜਦਾ ਕੋਠੇ ਅੰਦਰ ਰੱਪੜ ਗਿਆ ਬੱਦਲਾਂ ਦੀ ਗਰਜ ਦਰਖਤਾਂ ਦੀ ਸ਼ਾਂ ਸ਼ਾਂ ਤੇ ਮੀਂਹ ਨਾਲ ਚੋਰੇ ਕੋਠੇ ਦੀ ਟਿਪ ਟਿਪ ਨੇ ਉਹਨੂੰ ਨੀਂਦ ਵੀ ਨਾ ਆਉਣ ਦਿੱਤੀ 66° ਕਣੀਆਂ ਤੋਂ ਉਹਨੇ ਅੰਦਾਜ਼ਾ ਲਾ ਲਿਆ ਵੀ ਕਣੀਆਂ ਕੁਝ ਥਮ ਚੱਲੀਆਂ ਸੀ ਤੇ ਨਾਲ ਦੇ ਬਰਾਂਡੇ 'ਚ ਬੱਜੀ ਮੱਝ ਨੂੰ ਵੀ ਟੇਕ ਨਹੀਂ ਸੀ ਪੈਰੀ ਉਹਦੀ ਆਵਾਜ਼ ਵੀ ਬਲਦੇਵ ਦੇ ਸੱਪ ਵਾਂਗ ਡੰਗ ਮਾਰ ਰਹੀ ਸੀ ਕੱਲ ਨੂੰ ਸਾਰੀ ਬਰਸੀਮ ਵੱਢ ਸੁਟੇ ਫੇਰ ਮੱਕੀ ਬਾਰੇ ਸੋਚਾਂਗੇ ਹੁਕਮ ਦੇ ਰਿਹਾ ਚੌਧਰੀ ਉਹਦੇ ਸਹਰਾਣੇ ਖੜਾ ਸੀ ਹੁਣ ਮੇਰੀ ਜੁੱਤੀ ਵੱਢਦੀ ਏ ਤੇਰੀ ਬਰਸੀਮ ਇੰਨੇ ਕਹਰੇ ਬਰਸੀਮ ਦੇ ਇਕੱਲੇ ਕਿਵੇਂ ਵੱਢ ਨੂੰ ਭਲਾ ਮੈਂ ਜੇ ਆਖਿਆ ਕਿਸੇ ਹੋਰ ਨੂੰ ਨਾਲ ਭੇਜ ਦੇ ਆ ਕਿ ਇਕੱਲਾ ਥੋੜਾ ਫੌਜ ਤਾਂ ਨਹੀਂ ਚਾਹੀਦੀ ਕੋਈ ਪੁੱਛਣ ਵਾਲਾ ਹੋਵੇ ਪਹਿਲਾਂ ਅਸੀਂ ਤਿੰਨ ਨਹੀਂ ਸੀ ਹੁੰਦੇ ਪਹਿਲਾਂ ਇੱਕ ਆ ਹਟਾਤਾ ਫਿਰ ਦੂਜਾ ਦੋ ਦਿਨਾਂ ਲਈ ਗਿਆ ਮੁੜ ਕੇ ਅੱਜ ਆਉਂਦਾ ਤੇ ਇੰਨਾ ਕੰਮ ਇੱਕ ਬੰਦੇ ਤੋਂ ਕੋਈ ਨਹੀਂ ਹੁੰਦਾ ਚੱਲ ਜੇ ਰੱਬ ਨੇ ਭਲੀ ਕੀਤੀ ਮੈਂ ਤਾਂ ਕੱਲ ਨੂੰ ਭਾਜੂ ਸਰਦਾਰ ਦੇ ਖੇਤ ਨੂੰ ਲੈ ਕੱਲ ਕਿਸੇ ਨੂੰ ਕਿਹਨੂੰ ਆਈ ਹੋਣੀ ਕਿਵੇਂ ਛੱਡ ਜੇਗਾ ਖੇਤ ਭਲੇ ਆਲੂਕਾ ਜਿਹੜਾ 4 ਬੀਹਾਂ ਰੁਪਈਆ ਦੇਣਾ ਚੌਧਰੀਆਂ ਦਾ ਉਹ ਨਹੀਂ ਆਦ ਇੰਨੀ ਰਕਮ ਤਾਂ ਮੇਰੇ ਕੋਲ ساری ਉਮਰ ਨਹੀਂ ਇਕੱਠੀ ਹੋਣੀ ਬੈਠਾ ਰੋ ਚੁੱਪ ਕਰਕੇ ਇਹਨਾਂ ਦੋ ਟੁੱਕਰਾਂ ਤੋਂ ਵੀ ਜਾਏਗਾ ਇਹਦੀ ਲਿਖਾ ਪੜੀ ਕਿਹੜਾ ਹੋ ਨਹੀਂ ਸਕਦੀ ਜੇ ਸਰਦਾਰ ਮੰਨ ਗਿਆ ਸਭ ਠੀਕ ਹੋ ਜੂ ਖਬਰੇ ਉਹ ਆਪ ਹੀ ਦੇ ਦੇਵੇ ਲੈ ਵਿਆਜ ਹੋਰ ਲਾ ਲੂ ਦੋ ਛੇਲੜ ਸੁੰਦਰ ਗਿਆ ਨਾਲ ਵੀ ਤਾਂ ਇਦਾਂ ਹੀ ਹੋਇਆ ਸੀ ਪਰ ਕਿਹੜੇ ਪੜੂ ਕਿਹੜਾ ਪੜੂਆ ਤੈਨੂੰ ਜ਼ਮੀਨ ਛੱਡ ਗਿਆ ਦਲਿਤ ਨੂੰ ਉਹਦੇ ਨਾਂ ਤਾਂ ਫਿਰ ਵੀ ਸੀ ਦੋ ਸਿਆੜ ਜ਼ਮੀਨ ਦੇ 400 ਰੁਪਏ ਦੇ ਖਿਆਲ ਨੇ ਉਹਦੀ ਖੁਸ਼ੀ ਦਾ ਗਲਾ ਘੁੱਟ ਦਿੱਤਾ ਸਰਦਾਰ ਦੇ ਖੇਤਾਂ ਦਾ ਖਿਆਲ ਇੱਕ ਸੁਪਨਾ ਬਣ ਕੇ ਉਹਦੀਆਂ ਅੱਖਾਂ 'ਚ ਲਟਕਣ ਲੱਗਾ ਫਿੰਜੜੀਆਂ ਦਾ ਦਰਦ ਜਦੋਂ ਹੋਰ ਤੇਜ਼ ਹੋ ਗਿਆ ਉੱਠ ਕੇ ਬੈਠ ਗਿਆ ਮੰਜੇ ਤੇ ਬੈਠੇ ਬਲਦੇਵ ਨੂੰ ਤਾਇਆ ਮੇਰੂ ਆਪਣੇ ਸਹਰਾਣੇ ਬੈਠਾ ਮਹਿਸੂਸ ਹੋ ਰਿਹਾ ਸੀ ਕਿੰਨੇ ਚਾਨ ਲਾਇਆ ਸੀ ਜਿਵੇਂ ਬਾਦਸ਼ਾਹੀ ਦਾ ਪੈਗਾਮ ਲੈ ਆਇਆ ਹੋਵੇ ਤੇਰੀ ਤਾਂ ਕਿਸਮਤ ਜਾਗ ਪਈ ਏ ਮੁੰਡਿਆ ਕਿੱਧਰ ਤੁਰ ਗਿਆ ਸੀ ਤੂੰ ਰਾਤ ਅਖੇ ਉਹ ਇੱਥੇ ਢੇੜਾ ਮਾਰ ਕੇ ਗਿਆ ਸੀ ਫਿਰ ਸਰਦਾਰ ਨੇ ਮੈਨੂੰ ਸੱਦਿਆ ਅਖੇ ਜੇ ਮਨ ਹੋਵੇ ਤਾਂ ਆ ਜਾ ਕੰਮ ਤੇ ਮੇਰੇ ਖੇਤਾਂ ਨੂੰ ਅੱਛਾ ਪਰ ਤਾਇਆ ਉਹ ਮੇਰੇ ਤੇ ਕਿਵੇਂ ਦਇਾਲ ਹੋ ਗਿਆ ਯਕੀਨ ਜਾਈ ਨਹੀਂ ਆਉਂਦਾ ਜਦੋਂ ਰੱਬ ਦੀ ਮਿਹਰ ਹੋਵੇ ਆਪੇ ਕੰਮ ਬਣ ਜਾਂਦਾ ਇਹ ਤਾਂ ਉਸ ਦਾਤੇ ਦੀ ਮਿਹਰ ਹੋ ਗਈ ਉਹ ਤਾਂ ਪਿਛਲੀ ਵਾਰੀ ਉਹ ਰੱਖਣ ਨੂੰ ਫਿਰਦਾ ਸੀ ਤੈਨੂੰ ਜਦੋਂ ਹਾੜੀ ਨੂੰ ਤੂੰ ਜਿੱਤਿਆ ਸੀ ਉਹਨਾਂ ਦੀ ਆਪਸ 'ਚ ਸੌ ਹੁੰਦੀ ਰਹੇ ਆਪਾਂ ਬਲਕੀ ਲੈਣਾ ਕੰਮ ਕਰਨਾ ਢਿੱਡ ਭਰਨਾ ਕੋਈ ਰਗੜਾ ਤਗੜਾ ਨਾ ਹੋ ਜੇ ਗਰੀਬ ਮਾਰੇ ਨਾ ਝੋਟਿਆਂ ਦੀ ਭੇਡ ਚ ਆਪਣੀ ਹੋ ਜਾਂਦੀ ਹੈ ਮੇਰਾ ਦਿਲ ਜਾ ਕੰਬਦਾ ਹੈ ਇਧਰੋਂ ਜਾਣਾ ਨਹੀਂ ਔਖਾ ਉਧਰੋਂ ਆਉਣਾ ਔਖਾ ਹੈ ਉਧਰੋਂ ਕੋਈ ਹਿੱਲੇ ਵੀ ਕਿਆ ਸਰਕਾਰੀ ਦਰਬਾਰੇ ਪੂਰੀ ਚੱਲਦੀ ਐ ਜਿੱਦਨ ਦਾ ਮੁੰਡੇ ਨੇ ਕੰਮ ਸੰਭਿਆ ਉਹਨੇ ਤਾਂ ਹੋਰ ਵੀ ਬਣਾ ਲਈ ਸ਼ੇਰ ਨੇ ਬਲਦੇਵ ਖੁਸ਼ ਹੋਈ ਜਾ ਰਿਹਾ ਸੀ ਸਮਝ ਨਹੀਂ ਸੀ ਆ ਰਹੀ ਮੀਰੂ ਦਾ ਕਿਵੇਂ ਧੰਨਵਾਦ ਕਰੇ ਮੀਰੂ ਬਰਾਬਰ ਬੋਲੀ ਜਾ ਰਿਹਾ ਸੀ ਸਰਦਾਰਾਂ ਦੇ ਖੇਤ ਬਾਦਸ਼ਾਹੀ ਐ ਬਾਦਸ਼ਾਹੀ ਇੱਥੇ ਸਾਰਾ ਦਿਨ ਹੱਡ ਤੋੜਨੇ ਪੈਂਦੇ ਨੇ ਤੇ ਉੱਥੇ ਬੜਾ ਰਮਾਨ ਹੈ ਸਰਦਾਰ ਭਲਾ ਬੰਦਾ ਨਾਲੇ ਕਲਮ ਕੱਲਾ ਕਦੇ ਢੀੜਾ ਵੱਜਦਾ ਕਦੇ ਨਹੀਂ ਇੱਥੇ ਡਾਂਰ ਇੱਕ ਨਾ ਇੱਕ ਇੱਕ ਅੱਧਾ ਖੜਾ ਹੀ ਰਹਿੰਦਾ ਨਾਲੇ ਬਾਣੀਏ ਦੀ ਜਾਤ ਆ ਉਹ ਫੇਰ ਸਰਦਾਰ ਛਣ ਖੜਾ ਮੈਂ ਤਾਂ ਸੋਚੀ ਨਾ ਜਾਈਂ ਆ ਜੀ ਆਪ ਤੁਹਾਨੂੰ ਕਰਾ ਦੂੰ ਗੱਲ ਮੇਰੂ ਨੂੰ ਬਲਦੇਵ ਹਮੇਸ਼ਾ ਪਿਓ ਮੰਗ ਸਮਝਾ ਰਿਹਾ ਸੀ ਮੇਰੂ ਜਿੰਨਾ ਉਸ ਸਮੇਂ ਖੁਸ਼ੀ ਇਹਨਾਂ ਸ਼ਾਇਦ ਉਹਦਾ ਪਿਓ ਵੀ ਨਾ ਹੁੰਦਾ ਮੇਰੂ ਨੇ ਵੀ ਕਦੇ ਬਲਦੇਵ ਨੂੰ ਉਹਦੇ ਪਿਓ ਦੀ ਅਣਹੋਂਦ ਮਹਿਸੂਸ ਨਹੀਂ ਸੀ ਹੋਣ ਦਿੱਤੀ ਕੰਡਾ ਚੋਵੇ ਤੋਂ ਭੱਜਿਆ ਆਉਂਦਾ ਬਲਦੇਵ ਦੇ ਪਿਓ ਨਾਲ ਕੀਤਾ ਕੌਲ ਆਪਣੇ ਆਖਰੀ ਦਿਨਾਂ ਤੱਕ ਨਭਾਉਂਦਾ ਚੱਲੇ ਆ ਰਿਹਾ ਸੀ ਉਹਨਾਂ ਦੀ ਦੋਸਤੀ ਵੀ ਕਿਹੜਾ ਕੱਟ ਸੀ ਸਾਰੇ ਪਿੰਡ 'ਚ ਮਸ਼ਹੂਰ ਸੀ ਜਿੱਥੇ ਜਾਣਾ ਇਕੱਠੇ ਖਾਣਾ ਪੀਣਾ ਇਕੱਠੇ ਉਸ ਦਿਨ ਵੀ ਇਕੱਠੇ ਜਦੋਂ ਪਾਣੀ ਲਾਉਂਦੇ ਬਲਦੇਵ ਦੇ ਪਿਓ ਨੂੰ ਸੁਪਨੇ ਦੱਸਿਆ ਸੀ ਮੀਰੂ ਦੀ ਇੱਕ ਜਾਨ ਨਾ ਨਿਕਲੀ ਦੁੱਖ ਲਾਉਣ ਦੀ ਉਹਨੇ ਕੋਈ ਕਸਰ ਨਾ ਛੱਡੀ ਕੌਣ ਬਗਾਨੇ ਪੁੱਤ ਨੂੰ ਰੋਂਦਾ ਪਰ ਉਹਨੇ ਹੰਝੂ ਵਹਾ ਵਹਾ ਅੱਖਾਂ ग्ਵਾਲੀਆਂ ਮਰਨ ਲੱਗੇ ਬਲਦੇਵ ਦੇ ਪਿਓ ਨੇ ਆਖਿਆ ਸੀ ਲੈ ਮੇਰਸਿਆਂ ਮੇਰਾ ਤਾਂ ਨਾ ਪਾਣੀ ਮੁੱਕ ਗਿਆ ਆ ਮੇਰੇ ਜਵਾਕਾਂ ਨੂੰ ਆਪਣੇ ਕਰਕੇ ਜਾਣੀ ਉਸੇ ਦਿਨ ਤੋਂ ਉਹ ਆਪਣੇ ਜਾਣ ਦੇ ਚਲੇ ਆ ਰਿਹਾ ਸੀ ਹੋਰ ਉਹਦਾ ਹੈ ਵੀ ਕੌਣ ਸੀ ਤੇ ਜਦੋਂ ਬਲਦੇਵ ਡੰਗਰਾਂ ਪਿੱਛੇ ਜਾਣ ਜੋਗਾ ਹੋਇਆ ਉਸੇ ਦਿਨ ਉਹਨੇ ਆਪ ਮਿਹਨਤ ਕਰਕੇ ਉਹਨੂੰ ਕੰਮ ਦਵਾਇਆ ਜਿਉਂ ਵਿੱਚ ਨਾ ਪੈਂਦਾ ਬਲਦੇਵ ਦੀ ਭੈਣ ਦਾ ਰਿਸ਼ਤਾ ਵੀ ਸਿਰੇ ਨਾ ਚੜਦਾ ਬਲਦੇਵ ਦੇ ਵਿਆਹ ਲਈ ਵੀ ਉਹ ਸਿਰ ਤੋੜ ਮਿਹਨਤ ਕਰ ਰਿਹਾ ਸੀ ਫਿਰ ਸਰਦਾਰ ਦੀ ਗੱਲ ਸੁਣ ਕੇ ਉਹਨੇ ਪੈਰੀ ਜੁੱਤੀ ਨਾ ਪਾਈ ਉਹਦਾ ਚੜਿਆ ਸਾਥ ਦੱਸਦਾ ਸੀ ਵੀ ਜਿਵੇਂ ਸੀ ਭੱਜ ਆਇਆ ਤੇਜ ਬੁੱਲੇ ਨੇ ਸਾਰੇ ਜ਼ੋਰ ਦਾ ਖਿੜਕੀ ਨੂੰ ਝਟਕਾ ਦਿੱਤਾ ਬਿਜਲੀ ਚਮਕੀ ਉਹਦੇ ਉਦਾਸ ਚਿਹਰੇ ਤੇ ਫੈਲ ਕੇ ਫਿਰ ਲੋਪ ਹੋ ਗਈ ਕੁਝ ਦੇਰ ਉਹਦੇ ਖਿਆਲ ਰੁਕੇ ਪਰ ਝਟ ਬਾਅਦ ਉਹ ਆਪਣੇ ਤਾਇਏ ਦੀ ਹੋਂਦ ਮਹਿਸੂਸ ਕਰਕੇ ਗੱਲਾਂ ਕਰਨ ਲੱਗਿਆ ਪਰ ਤਾਇਆ ਚੌਧਰੀ ਮੇਰਾ ਖਿਹੜਾ ਕਿਵੇਂ ਛੱਡੂ ਮੈਂ ਤਾਂ ਹੱਥ ਵਢਾਈ ਬੈਠਾ ਰੁਪਈਆ 400 ਦੇਣਾ ਹੈ ਉਹਦਾ ਕੀ ਆਖਣਾ ਤੂਏ ਮੁੰਡਿਆ 400 ਤੈਨੂੰ ਕੀ ਲੋੜ ਪੈ ਗਈ ਸੀ ਬਈ ਤਾਇਏ ਤੇ ਜਿਵੇਂ ਪਹਾੜ ਗਿਰਿਆ ਉਹਦਾ ਚੁਰੜੀਆਂ ਭਰਿਆ ਮੂੰਹ ਅੱਡੇਆ ਰਹਿ ਗਿਆ ਉਡੀ ਦਾ ਵਿਆਹ ਹੋਰ ਕਿੱਥੋਂ ਹੋ ਗਿਆ ਸੀ ਬਾਪੂ ਮੁਰੇ ਨੂੰ ਤਾਂ ਬਰੇ ਹੋ ਗਏ ਸਿੱਧਰਿਆ ਓਦਣ ਦੀ ਤੂੰ ਮੇਰੇ ਕੰਨਾਂ ਥਾਣੀ ਵੀ ਨਾ ਕੱਢੀ ਇਹ ਤੂੰ ਬੁਰਾ ਕੀਤਾ ਮੇਰੇ ਨਾਲ ਗੱਦਾਰੀ ਕੀਤੀ ਐ ਬਲਦੇਵ ਤੂੰ ਚੰਗਾ ਨਹੀਂ ਕੀਤਾ ਤੇਰੇ ਪਿਓ ਨੂੰ ਮੈਂ ਕੀ ਜਵਾਬ ਦੇਵਾਂ ਤਾਈ ਦੀਆਂ ਗੇਡ ਵਾਲੀਆਂ ਅੱਖਾਂ ਅੰਦਰ ਤਸ ਗਈਆਂ ਗੱਲਾਂ ਕਰਦਾ ਕਰਦਾ ਉਹ ਰੁਕ ਗਿਆ ਮੁੱਢੇ ਤੇ ਰੱਖੇ ਸਾਫੇ ਨਾਲੋਂ ਨੇ ਅੱਖਾਂ ਚੋਂ ਟਪਕੇ ਅਥਰੂ ਪੁੰਜੇ ਤੂੰ ਸਿਆਣਾ ਐ ਤਾਇਆ ਗਾਂ ਆਪਣਾ ਵੀ ਦੇਖਣਾ ਸੀ ਜੇ ਰੌਲਾ ਪੈ ਜਾਏ ਤੈਨੂੰ ਮੈਨੂੰ ਕੌਣ ਕਰਦਾ ਬਲਦੇਵ ਨੇ ਨੂੰ ਕੁੜੀਆਂ ਵਾਂਗ ਸ਼ਰਮ ਆ ਗਈ ਚੁੱਪ ਕਰ ਗਿਆ ਤੂੰ ਮੈਨੂੰ ਆਪਣਾ ਨਾ ਸਮਝਿਆ ਮੈਂ ਕਿਤੇ ਦੱਸਣ ਚੱਲਿਆ ਸੀ ਕਿਸੇ ਨੂੰ ਫਿਰ ਤਾਂ ਤੇਰਾ ਕੰਮ ਬੜਨਾ ਔਖਾ ਹੈ 400 ਕੋਈ ਮਾੜੀ ਮੋਟੀ ਰਕਮ ਹੈ ਇਹਦਾ ਕੀ ਬਣੂ ਉਦਾਸ ਹੋਇਆ ਤਾਇਆ ਕਾਫੀ देर ਚੁੱਪ ਬੈਠਾ ਰਿਹਾ ਉਹਦੇ ਦਿਲ ਨੂੰ ਖਾਂਸੀ ਠੇਸ ਲੱਗੀ ਸੀ ਉਹਦੇ ਚਿਹਰੇ ਦੀ ਪਲਤਣ ਵੇਖ ਕੇ ਬਲਦੇਵ ਦੀ ਵੀ ਅੱਗੇ ਗੱਲ ਤੁਰਨ ਦੀ ਹਿੰਮਤ ਨਾ ਪਈ ਤੂੰ ਘਬਰਾ ਨਾ ਓਏ ਮੁੰਡਿਆ ਗੱਲ ਮੈਂ ਫੇਰ ਵੀ ਕਰਾਂ ਉਹ ਬੰਦਾ ਭਲਾ ਸਾਦ ਮੰਨ ਜੀ ਜੇ ਕੋਈ ਗੱਲ ਬਣ ਗਈ ਮੈਂ ਕੱਲ ਨੂੰ ਦੱਸਾਂ ਜਾਣ ਲੱਗੇ ਤਾਏ ਨੇ ਆਖਿਆ ਜ਼ਰੂਰ ਸੀ ਪਰ ਬਲਦੇਵ ਨੂੰ ਯਕੀਨ ਸੀ ਇਹਨਾਂ ਚ ਕੋਈ ਸਾਸ ਸੱਤ ਨਹੀਂ ਸੀ ਸਰਦਾਰ ਦੇ ਖੇਤਾਂ ਚ ਬਾਦਸ਼ਾਹੀ ਹੈ ਇਹ ਤਾਂ ਫੇਰ ਔਖਾ ਹੈ 400 ਦਾ ਕੀ ਬਣੂ ਕੱਲ ਨੂੰ ਸਾਰੀ ਬਰਸੀਨ ਦਾ ਫਾਹਾ ਵੱਢ ਸੁਟੇ ਮੰਜੀ ਚ ਬੈਠੇ ਬਲਦੇਵ ਦੇ ਦਿਮਾਗ ਚ ਬੁੱਖੋ ਵੱਖਰੇ ਖਿਆਲ ਹਥੋੜਿਆਂ ਵਾਂਗ ਵੱਜ ਰਹੇ ਸੀ ਸਰਦਾਰ ਦੇ ਖੇਤ ਬਾਦਸ਼ਾਹੀ ਹੈ ਨਾ ਕੋਈ ਬਹੁਤਾ ਕੰਮ ਨਾ ਕਾਰ ਢਿੱਡ ਭਰ ਕੇ ਖਾਣ ਨੂੰ ਮਿਲਦਾ ਹੈ ਇੱਕ ਖੇਤ 20-20 ਬੰਦੇ ਫਿਰਦੇ ਨੇ ਫਿਰ ਜਦੋਂ ਦਾ ਕੰਮ ਤੇਜ਼ੇ ਦੇ ਹੱਥ ਆਇਆ ਗੱਲਾਂ ਹੋਰੀ ਹੋ ਗਈਆਂ ਬੰਤਾ ਤਾਂ ਘੋੜੀ ਤੋਂ ਪੈਰ ਨਹੀਂ ਲਾਉਂਦਾ ਜਿਵੇਂ ਪਿਓ ਵਾਲੀ ਹੋਵੇ ਪਿਛਲੀ ਲੋਹੜੀ ਨੂੰ ਸ਼ਰਾਬ ਦੀ ਪੱਠੀ ਚੱਲੀ ਸੀ ਸਭ ਨੇ ਰੱਜ ਰੱਜ ਕੇ ਪੀਤੀ ਵਾਢੀਆਂ ਵੇਲੇ ਦੀਨੇ ਨੂੰ ਪੰਸੇਰੀ ਕਿਉਂ ਮਿਲਿਆ ਸੀ ਇੱਥੇ ਗਾਲਾਂ ਦੁਪੜਾਂ ਤੇ ਕੰਮ ਹੀ ਕੰਮ ਇਧਰੋਂ ਕੋਈ ਆਇਆ ਕੱਖਕੁੱਤਰ ਇਧਰੋਂ ਆਇਆ ਡੰਗਰਾ ਨੂੰ ਪਾਣੀ ਪਿਆ ਸਿਆੜ ਕੱਢ ਗੁੱਡੀ ਘਰ ਐ ਕਰ ਓ ਕਰਦੇ ਹੱਥ ਝਾੜਦੇ ਦਾ ਦਿਲ ਘਟਦਾ 20 ਦਿਨ ਹੋ ਗਏ ਆਖਦੇ ਨੂੰ ਮੇਰਾ ਝੱਗਾ ਫਟ ਗਿਆ ਕੰਨ ਤੇ ਜੂ ਨਹੀਂ ਸਰਕਦੀ ਆਂਡੇ ਤਾਂ ਨਹੀਂ ਫੁੱਟੇ ਹੋਏ ਦਾਣੇ ਫੱਕੇ ਵੇਲੇ ਅੜ ਅੜ ਅੜਾਈ ਜੇ ਕਿਤੇ ਇੱਥੋਂ ਖੜਾ ਛੁੱਟ ਜੇ ਇੱਕ ਵਾਰ ਫੇਰ ਉਹਨੇ ਹੌ ਕਰਿਆ ਭੁੱਖੀ ਗਊ ਨੇ ਕਿੱਲਾ ਤੋੜਾ ਲਿਆ ਸੀ ਰੰਬ ਦੀ ਹੋਏ ਇੱਧਰ ਉੱਧਰ ਘੁੰਮਰੀ ਸੀ ਖੁੱਲੀ ਭਿਰਦੀ ਐ ਫਿਰਦੀ ਰਹੇ ਮੈਂ ਕੀ ਕਰਾਂ ਉਹ ਬਗਾਵਤ ਕਰਨਾ ਚਾਹੁੰਦਾ ਸੀ ਕੁੰਜਰ ਦੀ ਪਤਾ ਨਹੀਂ ਕਿੱਧਰੋਂ ਨਿਕਲ ਜੇ ਸਵੇਰ ਨੂੰ ਫੇਰ ਫਾਹਾ ਖੜਾ ਕਰ ਦੂ ਪਿਛਲੀ ਵਾਰੀ ਬਿਹੜੇ ਪਿੱਛੇ ਕਿੰਨੇ ਕੋ ਭੱਜਣਾ ਪਿਆ ਨਵੇਂ ਖਿਆਲਾਂ ਨੇ ਉਹਦੇ ਪੁਰਾਣੇ ਖਿਆਲ ਦਬੋਚ ਲਏ ਅਖੀਰ ਉઠਿਆ ਅੰਗੜਾਈ ਲਈ ਖੁੱਲੇ ਕੇਸਾਂ ਦਾ ਜੂڑا ਕਰਦਾ ਗੋਪੁਚੇ ਤੁਰ ਪਿਆ ਸਿਧਰਿਆ ਤੇਰੇ ਕਰਮਾਂ ਚਰਮਾਨ ਕਿੱਥੇ ਆ ਰਮਾਨ ਲਿਖਿਆ ਹੁੰਦਾ ਦਲਿਤ ਦੇ ਘਰ ਘਾਤੋਂ ਜੰਮਦਾ ਰਮਾਨ ਲਿਖਿਆ ਹੁੰਦਾ ਪਿਓ ਘਾਤੋਂ ਮਰਦਾ ਜੰਮਦੇ ਦਾ ਘਰ ਜਾ ਕਿਉਂ ਚੜਦਾ ਮੇਰੇ ਸਿਰ ਇੱਥੇ ਹੀ ਨਿਕਲਨੇ ਤੇਰੇ ਪਿਓ ਵੀ ਇੱਥੇ ਨਿਕਲਣਗੇ ਤੇਰੇ ਵੀ ਪਿਓ ਦਾਦਿਆਂ ਵਾਂਗ ਪ੍ਰਾਣ ਗਉ ਦਾ ਕਿਲਾ ਗੱਡ ਦਾ ਬਲਦੇ ਮੋੜ ਆਪਣੇ ਨਾਲ ਸਮਝੌਤਾ ਕਰਨ ਲੱਗਿਆ ਗਉ ਕਿੱਲੀ ਨਾਲ ਬੰਨ ਕੇ ਉਹਨੇ ਅਸਮਾਨ ਵੱਲ ਤੱਕਿਆ ਰੰਗ ਬਰੰਗੇ ਬੱਦਲ ਆਪਸ ਵਿੱਚ ਕੋਲ ਮਿਲ ਰਹੀ ਸੀ ਨਿਹਰਾ ਲੋਭ ਹੁੰਦਾ ਜਾ ਰਿਹਾ ਸੀ ਜੇ ਮੀਂਹ ਪੈਣ ਲੱਗ ਪਿਆ ਤਾਂ ਵਰਖੀਂ ਵੱਢਣੀ ਔਖੀ ਹੋਜੂ ਅੱਜ ਤੱਕ ਅੱਖਾਂ ਦਾ ਡੱਕਾ ਵੀ ਨਹੀਂ ਐਡੇ ਵਗ ਨੂੰ ਕਿਹੜਾ ਥੋੜੇ-ਮੋਟੇ ਨਾਲ ਸਰਜੂ ਥੋੜੇ ਘਣੇ ਤਾਂ ਵੱਢਣੀ ਪੈਣੇ ਨੇ ਥੱਕੇ ਕਦਮ ਪੁੱਟਦਾ ਕੋਠੇ 'ਚ ਆ ਗਿਆ ਪਾਣੀ ਵਾਲੇ ਟਪਲੇ ਨੂੰ ਮੂੰਹ ਲਾ ਕੇ ਕਿੰਨਾ ਈ ਚਿਰ ਘਟ ਘਟ ਕਰਦਾ ਰਿਹਾ ਫਿਰ ਲੱਕ ਨਾਲ ਲਪੇਟਿਆ ਦੁਪੱਟਾ ਲਾ ਕੇ ਸਿਰ ਤੇ ਲਪੇਟ ਲਿਆ ਧਾਤੀ ਚੱਕ ਕੇ ਬਰਸੀਨ ਨੂੰ ਹੋ ਲਿਆ ਧੰਨ